ਸਸਿਕਾਰ ਕਿਸਾਨ ਦੋਸਤੋ ਅੱਜ ਆਪਾਂ ਤੁਹਾਨੂੰ ਬੀਜਾਂ ਦੇ ਜਾਣਕਾਰੀ ਦੇ ਰਹੇ ਹਾਂ ਕਿਉਂਕਿ ਹਰੇਕ ਜ਼ਿਮੀਦਾਰ ਆਪਣਾ ਬੀਜ ਕਿਵੇਂ ਰੱਖ ਸਕਦਾ ਇਸ ਬਾਰੇ ਆਪਾਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਤੇ ਕਿਸਾਨ ਵੀਰੋ ਆਪਾਂ ਹਰ ਵਾਰੀ ਮਹਿੰਗੇ ਭਾਅ ਦੇ ਵਿੱਚ ਬੀਜ ਖਰੀਦਦੇ ਹਾਂ ਕਿਉਂਕਿ ਕੰਪਨੀਆਂ ਵਾਲੇ ਇੰਨੇ ਮਹਿੰਗਾ ਬੀਜ ਖਰੀਦ ਕੇ ਅੱਗੇ ਜਾਂ ਇੰਨੇ ਵੱਡੇ ਏਰੀਆ ਦੇ ਵਿੱਚ ਬੀਜ ਇਕੱਠਾ ਕਰਕੇ ਆਪਾਂ ਨੂੰ ਸੇਲ ਕਰ ਸਕਦੇ ਹਾਂ ਪਰ ਆਪਣੀ ਨਾ ਸਮਝੀ ਕਾਰਨ ਆਪਾਂ ਥੋੜ੍ਹੇ ਜਿਹੇ ਏਰੀਆ ਦੇ ਵਿੱਚੋਂ ਆਪਾਂ ਬੀਜ ਨਹੀਂ ਬਣਾ ਸਕਦੇ ਤੇ ਆਹ ਦੇਖੋ ਦੋਸਤੋ ਮੈਂ ਆਪ 1692 ਦੀ ਵਰਾਇਟੀ ਆ ਪੂਸਾ 1692 ਜਿਸ ਦੀ ਮੈਂ ਹੱਥਾਂ ਨਾਲ ਵਢਾਈ ਕਰਵਾ ਕੇ ਹੱਥਾਂ ਨਾਲ ਹੀ ਆਪਾਂ ਝੋਨਾ ਸਾਫ਼ ਅਤੇ ਬੀਜ ਵਧੀਆ ਸੁਧਰੇ ਬੀਜ ਅਤੇ ਹਰੇਕ ਕਿਸਾਨ ਤੱਕ ਘੱਟ ਰੇਟ 'ਚ ਵਧੀਆ ਅਤੇ ਸਾਫ਼ ਸੁਥਰੇ ਬੀਜ ਪਹੁੰਚ ਸਕਣ ਇਸ ਵਾਰ ਕੇ ਕਿਸਾਨ ਭਰਾਵਾਂ ਅੱਗੇ ਗੁੰਜਾਇਸ਼ ਹੈ ਕਿ ਕੋਸ਼ਿਸ਼ ਕਰੋ ਵੀ ਘੱਟੋ ਘੱਟ ਆਪਦੇ ਜੋਕਰਾ ਬੀਜ ਆਪਾਂ ਜ਼ਰੂਰ ਤਿਆਰ ਕਰ ਸਕੀਏ ਅਤੇ ਬੀਜ ਵਾਸਤੇ ਆਪਾਂ ਨੂੰ ਕੀ ਚਾਹੀਦਾ ਆਪਾਂ ਕਿਸੇ ਵੀ ਥਰੈਸਰ ਜਾਂ ਹੜੰਬੇ 'ਤੇ ਨਾ ਵੀ ਝਾਕ ਨਾ ਕਰੀਏ ਜਾਂ ਮਸ਼ੀਨ 'ਤੇ ਨਾ ਕਢਾਈਏ ਆਪਾਂ ਜੇ ਸਾਫ਼ ਸੁਥਰਾ ਬੀਜ ਤਿਆਰ ਕਰਨਾ ਹੈ ਤਾਂ ਕੀ ਕਰਨਾ ਆਪਾਂ ਹੱਥਾਂ ਨਾਲ ਕਢਾਈ ਕਰੀਏ ਹੱਥਾਂ ਨਾਲ ਛਟਾ ਲਈਏ ਚਾਹੇ ਆਪਾਂ ਕੋਲੋਂ 10 ਕਿਲੋ 20 ਕਿਲੋ ਜਿੰਨਾ ਵੀ ਬੀਜ ਆਪਾਂ ਜ਼ਿਮੀਦਾਰ ਨੂੰ ਚਾਹੀਦਾ ਆਪਾਂ ਤਿਆਰ ਕਰ ਰਹੇ ਹਾਂ ਆਹ ਮੇਰੇ ਕੋਲ ਪੂਰਾ 1 ਕਿੱਲਾ ਸਿੱਧੀ ਬਿਜਾਈ ਵਾਲਾ ਹੈਗਾ ਸੀ ਜੀ ਮੈਂ ਇਸ ਦਾ ਪੂਰਾ ਸੀਡ ਤਿਆਰ ਕਰ ਰਿਹਾ ਤੋ ਕਿਸਾਨ ਦੋਸਤੋ ਤੁਸੀਂ ਵੀ ਇਸ ਤਰ੍ਹਾਂ ਵਧੀਆ ਆਪਦਾ ਬੀਜ ਸਾਫ਼ ਸੁਥਰਾ ਤਿਆਰ ਕਰ ਸਕਦੇ ਹੋ ਜਾਂ ਕਿਸੇ ਕਾਰਨ ਵਸ ਤੁਸੀਂ ਆਪਦਾ ਬੀਜ ਵਧੀਆ ਤਿਆਰ ਨਹੀਂ ਕਰ ਸਕੇ ਜਾਂ ਤੁਹਾਡੇ ਕੋਲ ਟਾਈਮ ਦੀ ਕਮੀ ਰਹਿ ਗਈ ਜਾਂ ਮੌਸਮ ਦਾ ਬਦਲਾਵ ਦੇ ਵਿੱਚ ਬਹੁਤ ਜ਼ਿਆਦਾ ਸੀਗਾ ਕਿਉਂਕਿ ਬੱਦਲ ਜਾਂ ਚਖੇੜੇ ਨਾਲ ਆਪਾਂ ਨਹੀਂ ਆਪਦੇ ਬੀਜ ਸਾਫ਼ ਸੁਥਰਾ ਤਿਆਰ ਕਰ ਸਕੇ ਤਾਂ ਤੁਸੀਂ ਬੇਝਿਜਕ ਹੋ ਕੇ ਕੰਟੈਕਟ ਕਰ ਸਕਦੇ ਹੋ ਜੀ ਕਿਉਂਕਿ ਆਪਣੇ ਕੋਲ ਜਿੰਨਾ ਸੀਡ ਹੋਇਆ ਤੁਹਾਨੂੰ ਵੱਧ ਤੋਂ ਵੱਧ ਘੱਟ ਤੋਂ ਘੱਟ ਰੇਟ 'ਤੇ ਆਪਾਂ ਤੁਹਾਨੂੰ ਮੁਹੱਈਆ ਕਰਵਾਵਾਂਗੇ ਕਿਉਂਕਿ ਮੈਂ ਵੀਰ ਜੀ ਖੁਦ ਇੱਕ ਜ਼ਿਮੀਦਾਰ ਹਾਂ ਮੈਂ ਔਰ ਜ਼ਿਮੀਦਾਰ ਹੋਣ ਦੇ ਨਾਤੇ ਮੈਂ ਵੀਰ ਜੀ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਦੇ ਰਿਹਾ ਕਿਉਂਕਿ ਹਰ ਸਾਲ ਹਰੇਕ ਜ਼ਿਮੀਦਾਰ ਨੂੰ ਬੀਜ ਮਹਿੰਗੇ ਰੇਟਾਂ ਦੇ ਵਿੱਚ ਖਰੀਦਣਾ ਪੈਂਦਾ ਅਤੇ ਕਿਸਾਨ ਵੀਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਕਿਉਂਕਿ ਆਪਣੇ ਫਰੈਂਡਲੀ ਸਰਕਲ ਦੇ ਵਿੱਚ ਜਿਹੜੇ ਵੀ ਕਿਸਾਨ ਭਰਾ ਹੋਣਗੇ ਉਹ ਇਸ ਜਾਣਕਾਰੀ ਦਾ ਫਾਇਦਾ ਉਠਾ ਸਕਣ ਅਤੇ ਜਿਹੜੇ ਮੇਰੇ ਵੀਰ ਚੈਨਲ 'ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰਨ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਕਿਉਂਕਿ ਨਵੀਂ ਤੋਂ ਨਵੀਂ ਜਾਣਕਾਰੀ ਆਪਣੇ ਤੱਕ ਪਹੁੰਚਦੀ ਰਹੇ ਕਿਸਾਨ ਵੀਰੋ ਬਹੁਤ ਚੰਗਾ ਲੱਗੂਗਾ ਜੇਕਰ ਮੇਰੇ ਵੀਰ ਵੱਧ ਤੋਂ ਵੱਧ ਸ਼ੇਅਰ ਕਰੋਗੇ ਕਿਉਂਕਿ ਜਾਣਕਾਰੀ ਬੜਮੁੱਲੀ ਹੈ ਹਰੇਕ ਤੱਕ ਪਹੁੰਚਦੀ ਰਹੇ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।